ਕਰ ਰਹਿਣ ਸਦਲਾ ਮੂੰਹ ਮੁਕਰ ਗਿਆ ਇਹਨੂੰ ਮੋਹਨ ਛੱਤਰ ਪੁੱਛਣ ਤੂੰ ਕਾਬੂ ਉੱਥੇ ਹੀ ਮਰ ਗਿਆ ਤਾਂ ਮੁਕਰ ਗਿਆ ਤਾਂ ਦੁਕਾਨ ਦੇ ਵਿੱਚ ਇਹ ਤੁਸੀਂ ਵੇਖੋ ਇੱਧਰ ਵੇਖੋ ਹੁਣ ਦੁਕਾਨ ਦੇ ਵਿੱਚ ਡੀਅਰ ਪੱਤੀਆਂ ਚੱਲ ਇਹ ਵੀ ਦੇਖੋ ਸੁਭਾਨ ਅੱਲਾਹ ਹਰ ਪਾਸੇ ਡੀਅਰ ਹੀ ਡੀਅਰ ਕਰ ਦੇਣੀ ਹੈ ਨਹੀਂ ਹੁੰਦਾ ਪਾਗਲੇ ਉੱਥੇ ਬਿਰਾ ਜੀ ਬੈਠੋ ਬਿਰਾ ਜੀ ਤੇਰੀ ਸਾਲੀ ਦਾ ਵਿਆਹ ਤੂੰ ਕਿੱਥੇ ਆ ਬਿਰਾ ਜੀ ਬੈਠੋ ਬਿਰਾ ਬੰਦਾ ਅੱਛਾ ਨਹੀਂ ਲੱਗਦਾ ਇੱਥੇ ਖਲੋਤਾ ਕੋਈ ਨਾ ਕਰ ਦੇਣਾ ਬਿਰਾ ਜੀ ਬੈਠੋ ਤੁਸੀਂ ਬੈਠੋ ਨਾ ਸਹੀ ਚਾਹ ਤੇ ਲੈ ਕੇ ਆ ਯਾਰ ਜਾ ਐਨੂੰ ਨਿਕਲ ਚੱਲ ਫਿਰ ਮਠਿਆਈ ਲਿਆ ਦੋ ਲੱਡੂ ਲਿਆ ਬਿਰਾ ਜੀ ਉਹ ਕਿਹੜਾ ਬੁਰਾ ਲੱਗਦਾ ਖੁੰਡਾ
ਭਾਈ ਜੀ ਆ ਬੰਦਾ ਪਿਸ਼ਾਬ ਕਰਕੇ ਆਇਆ, ਉਹ ਬੋਤਲੀ ਦੇ ਹੱਥ ਚ ਹੈ। ਅੱਛਾ ਬੋਤਲਾਂ ਵੱਲ ਤਾਂ ਮਾਰੇ ਹੀ ਨੀ। ਚੱਲ ਚੱਲ ਪਰਣ ਮਾਰਿਆ ਕਿਹੜੇ ਮਾਰਿਆ, ਫਿਰ ਹੁੰਦਾ ਕਾਹਨੂੰ ਬਿਮਾਰ ਦਰਦ ਦੁਰਦ ਨੀ ਹੁੰਦੀ, ਫਿਰ ਹੁੰਦਾ ਕਾਹਨੂੰ ਕਿਹੜੇ ਮਾਰਿਆ। ਯਾਰ ਚੋਪੀ ਨੇ ਫੜੋ ਭਾਜੀ, ਦਵਾ ਸਕੀਨ ਖਾ ਲਾ। ਕੀ ਹੋਇਆ ਕੀ ਹੋਇਆ ਕੀ ਹੋਇਆ ਨਾਲ ਮੈਂ ਆਈਸਕ੍ਰੀਮ ਉੱਥੇ ਲੈ ਲਈਏ। ਓਏ ਆਈਸਕ੍ਰੀਮ ਨਾਲ ਇਹਨੇ ਕਿਹੜਾ ਚੁੱਪ ਕਰਨਾ, ਚੱਲਦਾ ਚੋਪੀ ਵਾਲ ਚੱਲ ਤੈਨੂੰ ਲੈ ਕੇ ਜਾਵਾਂ ਵੱਡਿਆ, ਤੂੰ ਨਖਰੇ ਵਾਲੀ ਖਲੋਂਦੀ ਨੀ ਏਡੀ। ਮੈਨੂੰ ਬੁਲਾਵੇ ਮੈਂ ਇਹਨੂੰ ਸ਼ਹਿਰ ਲੈ ਦੂੰਗਾ, ਮੈਂ ਇਹਨੂੰ ਸ਼ਹਿਰ ਲੈ ਹੁਣ ਫੜ ਹਾਂ। ਹੋਇਆ ਕੀ ਹੈ ਤੈਨੂੰ, ਕਸੂਰ ਤਾਂ ਦੱਸ, ਤੈਨੂੰ ਕਿਸੇ ਨੇ ਮਾਰਿਆ ਪੈਸੇ ਕਿਉਂ ਬਣੇ ਆ ਪੈਸੇ ਢੰਗ ਉੱਠਦਾ ਸਹੀ।
ਆ ਬਣਾ ਫਿਰ ਪੈਸੇ ਜਿਹੜਾ ਹੀ ਜਾਣਾ ਉਹਨਾਂ ਬਣਾ ਪੈਸੇ ਜਿਹੜਾ ਹੀ ਜਾਣਾ ਆਹ ਕੰਮ ਵੀਰਾ ਜੀ ਵੈਸੇ ਸੋਹਣਾ ਮੈਂ ਵੀ ਰੁੱਸ ਗਿਆ ਮੈਨੂੰ ਵੀ 200 ਦੇ ਕੇ ਬਣਾਓ ਮੈਨੂੰ ਬਣਾ ਦੇ ਦਿਨ ਜਿਵੇਂ ਰਾਤ ਦਾ ਫਜਰ ਦਾ ਟਾਈਮ ਹੋਵੇ ਪੀਰਾਂ ਦਿਲ ਕਿਹਨੂੰ ਕਰਦਾ ਰਾਏ ਐਸਾ ਨੂੰ ਲੈ ਜਾਏਗਾ ਨਾਲ ਬੰਦਾ ਚੰਗਾ ਵਾਲਾ ਚਸ਼ੂ ਜੀ ਬਹਿ ਜਾਓ ਵੀਰਾ ਜੀ ਮਾਸ਼ਾਅੱਲਾ ਸਾਡਾ ਮੌਲਵੀ ਇਹ ਜੀ ਸਾਡਾ ਮੌਲਵੀ ਆ ਆਹ ਜਿਹੜਾ ਮੌਲਵੀ ਕੀ ਹੋ ਗਿਆ ਆਕੜ ਗਿਆ ਜੈਨ ਕੀ ਰੇਟ ਹੈ ਉਹਦਾ ਹੁਣ ਆਪਣਾ
ਪਾ ਪਰਵੇਜ਼ ਕਿਉਂ ਨਾਮ ਲੋ ਬਾਈ ਆਪਾਂ ਉਸਤਾਦ ਮੁਹੰਮਦ ਅਲੀ ਟੇਲਰ ਗਰਨਲ ਕਰਨਲ ਗੁਲ ਸ਼ੇਰ ਆਜ਼ਦ ਸ਼ਹੀਦ ਟੇਲਰ ਪ੍ਰੋਪਰਾਈਟਰ ਉਸਤਾਦ ਮੁਹੰਮਦ ਅਲੀ ਗੁੱਜਰ ਇੱਧਰ ਬੈਠੇ ਆ ਚੋਰੀ ਯਾਸਰ ਅਲੀ ਗੁੱਜਰ ਚੋਰੀ ਰਿਹਾਨ ਅਲੀ ਗੁੱਜਰ ਯਾਸਰ ਸਾਹਿਬ ਜਿਹੜਾ ਮੋਬਾਇਲ ਬੈਗ ਤੋਂ ਆਇਓ ਇਹਨਾਂ ਨੇ ਲਿਆ ਵਾ ਜੀ ਆਈਫੋਨ ਬੈਗ ਤੋਂ ਉੱਠਾ ਇਹਨਾਂ ਕੋਲ ਹੈਗਾ ਜੀ ਆਈਫੋਨ 13 ਪ੍ਰੋ ਮੈਕਸ ਅਤੇ ਮੁਹੰਮਦ ਅਲੀ ਤੁਹਾਡਾ ਕੀ ਹਾਲ ਹੈ ਸਾਰਾ ਮੁਹੰਮਦ ਅਲੀ ਟੇਲਰ ਤੁਹਾਡਾ ਕੀ ਹਾਲ ਹੈ ਹੈ ਕਿੱਦਾਂ ਸਿਹਤਾਂ ਬੀਤਾਂ ਕੰਮ ਸ਼ਾਮ ਮੋਬਾਈਲ ਦੇ ਵਿੱਚੋਂ ਜ਼ਰਾ ਨਿਕਲੋ ਅਸੀਂ ਵੀ ਤੁਹਾਡੇ ਕੋਲ ਆਏ ਹਾਂ ਕੰਮ ਸ਼ਾਮ ਜਨਾਬ ਹਲ ਅਤੇ ਇੱਧਰ ਯਾਸਰ ਸਾਹਿਬ ਇੱਧਰ ਰਿਹਾਨ ਸਾਹਿਬ ਅਤੇ ਇੱਧਰ ਹੈਗੇ ਆ ਅਸੀਂ ਦੋਵੇਂ ਇਹ ਹੋ ਰਿਹਾ ਸਾਹਿਬ ਅਤੇ ਬਾਈ ਬਾਈ ਆਪਾਂ 73 ਚੱਕ ਚ ਕਰੀਏ ਤਾਂ ਰਾਤ ਨੂੰ ਵੀਡੀਓ ਬਣਾਈ ਦੀ ਹੈ ਰਾਤ ਨੂੰ ਕਰੀਏ ਰਿਹਾਨ ਜਾਵੇ ਧੋਖੇ ਦਾ ਮੁੰਡਾ ਅੱਲਾਹ ਪਾਕ ਨਾ ਇੱਕ ਕਿਸਾਨ ਇਮਾਨ ਜਿਹੜਾ ਹੈ ਨਾ ਸੁਣ ਲਵੇ ਤਸਵੀਰ ਨਹੀਂ ਬਣੇਗਾ ਅੱਛਾ ਇਮਾਨ ਜਿਹੜਾ ਹੈ ਨਾ ਸਹੀ ਨਾ ਅਦਰ ਬੱਕਰ ਸਦੀਕ ਰਜ਼ੀ ਅੱਲਾਹ ਤਾਲਾ ਨੇ ਕੀ ਫਰਮਾਇਆ ਸੀ ਕਤਰਾ ਬਾਰ ਵੀ ਗੁਨਾਹ ਕਰੋ ਤੇ ਦੇਖੋ ਕਿ ਸਿੱਧਾ ਦੋਜ਼ਖ ਕੇ ਜਾਓ
ਇਸ ਤਰ੍ਹਾਂ ਦਾ ਈਮਾਨ ਕਿ ਕਤਰਾ ਭਰ ਵੀ ਸੂਈ ਦੇ ਲੱਗੇ ਜਿੰਨਾ ਵੀ ਗੁਨਾ ਹੋਵੇ ਤੇ ਇਤਨਾ ਈਮਾਨ ਹੋਵੇ ਕਿ ਸਿੱਧਾ ਦੋ ਕਸ ਸਕੇ। ਕਤਰਾ ਭਰ ਨੇਕੀ ਕਰੋਗੇ ਤੇ ਇਤਨਾ ਈਮਾਨ ਹੋਵੇ ਕਿ ਸਿੱਧਾ ਜੰਨਤ ਤੇ ਫਿਰ ਨੇਕੀ ਹੋ ਸਕਦੀ। ਜਿਬਰਾਇਲ ਅਲੈਹਿਸ ਸਲਾਮ ਫਰਮਾਉਂਦੇ ਨੇ ਦੋਜ਼ਖ ਦੇ ਵਿੱਚੋਂ ਸੂਈ ਦੇ ਨੱਕੇ ਜਿਤਨਾ ਸੁਰਾਖ ਹੋ ਜਾਏ ਤਾਂ ਪੂਰੀ ਦੁਨੀਆ ਜਲ ਫੈਲ ਜਾਂਦਾ। ਜੱਫੀ ਵਾ ਜੱਫੀ ਦਾਦਾ ਖੜਾ ਹੋ ਗਿਆ ਜੱਫੀ ਖੜਾ ਹੋ ਗਿਆ ਜੱਫੀ ਖੜਾ ਹੋ ਗਿਆ ਦਾਦਾ ਚੱਕ ਲਾ ਲਾ ਹੌਲਾ ਵਾਲਾ ਭਗਵਾ ਅਤੇ ਨਾ ਦਸ ਤੂੰ ਮੇਰੇ ਕੋਲ ਨਾ ਆਇਆ ਕਰ ਪੁੱਤਰ ਮੈਂ ਆਪਣਾ ਐਡਿਟ ਕਰ ਰਿਹਾ। ਉਹ ਜਾਣ ਦੋ ਚੌਧਰੀ ਸਾਹਿਬ ਜਾਣ ਦੇ ਬੱਚੇ ਹੀ ਬੱਚੇ ਹੈ ਤਾਂ ਨਹੀਂ ਪੀਂਦਾ ਥੋੜਾ ਕਿਸੇ ਕੋਲ ਲੱਭਾ ਦਾ ਵੀ
25 किलो पा लो ਪ੍ਰਕਾਸ਼ ਉਤਰ ਨਹੀਂ ਰਹੇ।